हाँ जी वेलकम टू अनदर ब्लॉग एंड सारे नूं प्यार भरी सत श्री अकाल। फिलहाल है ना 1:30 बजे का टाइम है, तो पहले ना आइए उदू बाद मिलते हैं। फिरते सी ओ धबदा किथे आ ओए आ की नवा काम बैठ रहा ओए ला मैं सारी सफाई हो रही है फिर हुंदी है जी करी है हां अब कर ले आंदी है का मुल दिया ए की मशीन जी हां के किराए दिया हां माफ दी हां ले आंदी है हां अगे ता है नहीं सी ए ले अज ही रे हां ते अज ले आके अज ही काम स्टार्ट हो गया अपना। हां ਕਿੱਦਾਂ ਦਾ ਲੱਗ ਰਿਹਾ ਹੈ ਚਲਾ ਕੇ ਐਕਸਪੀਰੀਅੰਸ? ਐਕਸਪੀਰੀਅੰਸ ਮੈਂ ਛਾਂ ਬਣਾ ਲਾਂ ਗੱਲ ਬਣਾ ਲਾਂਗੇ ਜੀ। ਨਜ਼ਾਰਾ ਨਜ਼ਰ ਆ ਰਿਹਾ ਵਾਦੂ ਚੋ ਮੈਂ ਇਸ ਵੀ ਐ ਖੜੀ ਆ ਨਜ਼ਾਰੇ ਨਾਲ ਸ਼ਾਂਤੀ ਸ਼ਾਂਤੀ ਭਰਾ ਕਿ ਬਥੇਰੇ ਲੋਕ ਸਾਡਾ ਤਾਂ ਕਮੈਂਟਾਂ 'ਚ ਪੁੱਛਦੇ ਰਹਿੰਦੇ ਆ ਹਾਲ ਚਾਲ, ਕਦੇ ਕਾਂਗਰਸ ਨੂੰ ਢਹਿ ਕਰਨ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਤੇ ਕਦੇ ਯਾਰ ਕੱਟਣ ਲੱਗ ਜਾਂਦੇ ਨੇ ਮੈਂ ਇਸ ਦੇ ਵਾਲ। ਮੈਂ ਸਹੀ ਦੁਪਹਿਰ ਦੇ 2 ਤੇ ਹੁਣੀ ਹੁਣੀ ਨਹਾ ਕੇ ਨਿਕਲਿਆ ਬਾਹਰ, ਤਾਂ ਬਾਹਰ ਨਿਕਲਦੇ ਕੀ ਦੇਖਿਆ, ਬਾਹਰ ਨਿਕਲਦੇ ਤੁਸੀਂ ਦੇਖਿਆ ਡੈਡੀ ਕੱਟ ਰਿਹਾ ਸੀ ਮੈਂ ਇਸ ਦੇ ਵਾਲ 'ਤੇ। ਅੱਜ ਗਏ ਸੀ ਬਰਨਾਲੇ ਤਾਂ ਉੱਥੋਂ ਹੈ ਨਾ ਲਿਆਂਦੀ ਵਾਲ ਕੱਟਣ ਵਾਲੀ ਮਸ਼ੀਨ। ਐਕਚੁਲੀ ਮੈਂ ਇਸ ਦੇ ਹੈ ਨਾ ਜੂਆਂ ਪੈਂਦੀਆਂ ਨੇ ਕਾਫੀ, ਹੈ ਨਾ ਤਾਂ ਪਰੇਸ਼ਾਨ ਹੁੰਦੀ ਆ, ਤਾਂ ਇਹ ਤੋਂ ਚੰਗਾ ਤਾਂ ਹੈ ਨਾ ਨਹੀਂ ਉਹਨੂੰ ਵਾਰੀ ਵਾਰੀ ਕੱਟਾ ਨਾਈ ਨੂੰ ਸੱਦਣਾ ਪੈਂਦਾ ਹੈ ਨਾ, ਉਹ ਕੱਟ ਕੇ ਜਾਂਦੇ ਨੇ। ਤਾਂ ਇਹ ਤੋਂ ਚੰਗਾ ਤਾਂ ਯਾਰ ਮਸ਼ੀਨ ਆਪਦੀ ਹੋਵੇ, ਤਾਂ ਆਪਦੀ ਲਿਆਂਦੀ ਪਤਾ ਨਹੀਂ 650 ਦੀ ਪਤਾ ਨਹੀਂ 550 ਦੀ ਆਈ ਨੋ, ਤਾਂ ਹੁਣ ਆਪਦਾ ਕੱਟ ਰਹੇ ਨੇ। ਮੈਂ ਵੀ ਕੱਟ ਕੇ ਐਕਸਪੀਰੀਅੰਸ ਜਿਹਾ ਕੀਤਾ ਸੀ, ਸਵਾਦ ਤਾਂ ਬਹੁਤ ਆਉਂਦਾ ਪਰ ਜਦੋਂ ਲੰਬਾ ਟਾਈਮ ਚਲਾਉਂਦੇ ਆ ਤਾਂ ਦੁਖਣ ਲੱਗ ਜਾਂਦੇ ਨੇ ਹੱਥ। ਹਾਂ ਪਿਛਲੇ ਬਲੌਗ ਦੇ ਵਿੱਚ ਤੁਸੀਂ ਕੀ ਦੇਖਿਆ ਨਾ, ਪਿਛਲੇ ਬਲੌਗ ਦੇ ਵਿੱਚ ਚੰਨੀ ਆਇਆ ਸੀਗਾ ਉਹਦੀ ਇਨਫੋਰਮੇਸ਼ਨ ਦਿੱਤੀ ਸੀਗੀ, ਤਾਂ ਆਹ ਬਲੌਗ ਦੇ ਵਿੱਚ ਤੱਕੜੀ ਵਾਲਾ ਆਇਆ ਸੀ ਹੈ ਨਾ। ਇਹ 'ਤੇ ਵੀ ਪੁਲਿਸ ਸੀ ਪਰ ਉਹਦੇ ਜਿੰਨੀ ਨਹੀਂ ਸੀ ਹੈ ਨਾ, ਜਿੰਨੀ ਚੰਨੀ 'ਤੇ ਸੀਗੀ ਮੁੱਖ ਮੰਤਰੀ 'ਤੇ ਸੀਗੀ ਉਹਦੇ ਜਿੰਨੀ ਤਾਂ ਕਾਹਨੂੰ ਸੀ, ਪਰ ਹੈਗੀ ਤਾਂ ਸੀਗੀ ਹੈ ਨਾ, ਮਿਲਟਰੀ ਤਾਂ ਇਹਦੀ ਵੀ ਨਾਲ ਨਾਲ ਸੀਗੀ ਪਰ ਇੰਨੀ ਨਹੀਂ ਸੀ ਕੋਈ ਜ਼ਿਆਦਾ। ਫਿਲਹਾਲ ਹੈ ਨਾ ਧੁੱਪ ਪੂਰੀ ਘੈਂਟ ਨਿਕਲੀ ਹੋਈ ਹੈ ਅਤੇ ਕੋਟ ਕੂਟ ਲਾਹਿਆ ਹੋਇਆ, ਫੁੱਲ ਜੋਸ਼ ਦੇ ਨਾਲ ਯਾਰ ਬਲੌਗ ਕਰ ਰਹੇ ਨੇ ਕਿ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਧਾ। ਪਰ ਪਹਿਲਾਂ ਕਈਆਂ ਨੇ ਕੁਝ ਇਹੋ ਜਿਹੀਆਂ ਗੱਲਾਂ ਕਹੀਆਂ ਨੇ ਜਿਹੜੀਆਂ ਮੈਂ ਹਜੇ ਤੱਕ ਸਾਂਭ ਕੇ ਨੇ ਰੱਖੀਆਂ। ਇਹਨਾਂ ਰਿਸ਼ਤੇਦਾਰਾਂ ਨਾਲੋਂ ਚੰਗੇ ਤਾਂ ਸਾਲੇ ਦੁਸ਼ਮਣ ਹੁੰਦੇ ਨੇ ਜਿਹੜੇ ਇੱਕ ਵਾਰ 'ਚ ਪਾੜ ਤਾਂ ਦਿੰਦੇ ਨੇ ਬੱਖੀਆਂ। ਅੱਜ ਵਾਲਾ ਮੌਸਮ ਦੇਖ ਕੇ ਤਾਂ ਯਾਰ ਸੱਚੀ ਹੈ ਨਾ ਨੱਚਣ ਨੂੰ ਜੀ ਕਰਦਾ ਗਾ, ਇੰਨਾ ਘੈਂਟ ਵੈਦਰ ਹੋਇਆ ਪਿਆ ਯਾਰ, ਨਜ਼ਾਰਾ ਆ ਰਿਹਾ ਹੈ ਨਾ, ਅੱਜ ਪਤੰਗ ਲੜਾਉਣ ਨੂੰ ਜੀ ਕਰ ਰਿਹਾ, ਮਤਲਬ ਨੱਚਣ ਨੂੰ ਜੀ ਕਰਦਾ ਯਾਰ, ਮਤਲਬ ਰਹਿਣ ਦਿਓ ਕਿ ਨਾ ਤਾਂ ਕੋਈ ਸਾਡੇ ਹਟਾਏ ਬਦਲੇ ਨਾ ਅਸੀਂ ਕਿਸੇ ਦੇ ਹਟਾਏ ਬਦਲੀਏ, ਜੋ ਵੀ ਅਗਲੇ ਨੇ ਬੋਲਣਾ ਤਾਂ ਆਪਦੀ ਮਰਜ਼ੀ ਨਾਲ ਹੀ ਕਹਿਣਾ। ਤਾਂ ਕਈ ਕਹਿੰਦੇ ਆ ਨਾ ਤੁਸੀਂ ਆਪਦੀ ਲਾਈਫ ਬਦਲੋ ਹੈ ਨਾ, ਲਾਈਫ 'ਚ ਚੇਂਜ ਕਰੋ, ਫਲਾਣਾ ਕਰੋ, ਧਮਕਾ ਕਰੋ, ਮੈਂ ਯਾਰ ਤੁਹਾਡੀ ਰਿਸਪੈਕਟ ਕਰਦਾ ਬਟ ਹੈ ਨਾ ਮੈਂ ਆਪਦੀ ਮਰਜ਼ੀ ਨਾਲ ਹੀ ਰਹਿਣਾ। ਕਿ ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸੀ, ਕਿੰਨੇ ਕੁ ਕੰਮ ਕਰਦੇ ਹਾਂ, ਗਲਤ ਕੰਮ ਕਰਨ ਤੋਂ ਪਹਿਲਾਂ ਅਸੀਂ ਘਰਦਿਆਂ ਤੋਂ ਡਰਦੇ ਹਾਂ। ਅਤੇ ਕੋਈ ਕਹਿੰਦਾ ਮੈਂ ਕਿਸੇ ਲਈ ਜਿਉਣਾ, ਨਾ ਬਈ ਇਹ ਗੱਲ ਗਲਤ ਆ ਹੈ ਨਾ, ਸਾਰੇ ਆਪਦੇ ਢਿੱਡ ਖਾਤਰ ਮਰਦੇ ਹਾਂ। ਕਿ ਸਾਡੀ ਜ਼ਿੰਦਗੀ 'ਚ ਵੀ ਸੀਗਾ ਇੱਕ ਇਨਸਾਨ ਜਿਹੜਾ ਹੈਗਾ ਸੀ ਸਾਡੇ ਦਿਲ ਦੇ ਨੇੜੇ, ਲੋਕ ਭਾਵੇਂ ਕੁਝ ਕਹਿਣ ਸਾਨੂੰ ਪਤਾ ਸੀ ਕਿੰਨੇ ਕੁ ਸ਼ਰੀਫ ਹਾਂ, ਹਜੇ ਤੱਕ ਲਾਈ ਨਹੀਂ ਕਿਸੇ ਦੇ ਘਰ ਦੇ ਅੱਗੇ ਗੇੜੇ। ਆਪਣੇ ਦਿਲ ਦੇ ਨੇੜੇ ਕੋਈ ਨਹੀਂ ਹੈਗਾ, ਇਹ ਤਾਂ ਸਿਰਫ ਮੈਂ ਸ਼ਹਿਰੀ ਬਣਾਉਣ ਖਾਤਰ ਜੋੜੀ ਹੈਗੀ, ਲੋਕ ਉਹੀ ਮੁੱਦੇ ਚੱਕ ਲੈਂਦੇ ਨੇ ਹੈ ਨਾ। 2:30 ਵਜੇ ਨਾਲੇ ਆ ਹੈ ਨਾ, ਫਿਲਹਾਲ ਹਵਾ ਚੱਲੀ ਜਾਂਦੀ ਆ ਬਿਲਕੁਲ ਠੰਡੀ ਠੰਡੀ, ਤਾਂ ਹਜੇ ਤੱਕ ਵਾਲ ਕੱਟੇ ਨਹੀਂ ਗਏ ਹੈ ਨਾ, ਦੋ ਮੈਂ ਸਜਾਵਾਂ ਕੋਨੀਆਂ ਮੋਨੀਆਂ ਕੱਟਦੀਆਂ। ਐਕਚੁਲੀ ਬੁਰੀ ਲੱਗਣ ਲੱਗ ਗਿਆ ਹੈ ਨਾ, ਜਿਵੇਂ ਕੋਈ ਬਿਮਾਰੀ ਬਿਮਾਰੀ ਹੋਰ ਜੇ ਹੱਡ ਜੇ ਦਿਖਣ ਲੱਗੇ, ਕਿ ਤਾਂ ਵਾਲ ਹੁੰਦੇ ਸੀ ਵੱਡੇ ਵੱਡੇ, ਮੈਂ ਸਭ ਭਰੀਆਂ ਦੀਦੀਆਂ ਹੁੰਦੀਆਂ, ਹੁਣ ਹੋਰ ਜੇ ਦਿਖਾ ਹੱਡੇ ਸਾਰੀਆਂ ਹੱਡੀਆਂ ਹੁੰਦੀਆਂ ਬਾਹਰ ਦਿਖਣ ਲੱਗ ਗਈਆਂ। ਇੱਥੇ ਜਾ ਕੇ ਅਤੇ ਇੱਧਰ ਆਪਾਂ ਵਾਲ ਕੱਟਣ ਜਾ ਰਹੇ ਹਾਂ ਨਾ ਕੱਟੀ ਦੇ, ਆਹ ਮਸ਼ੀਨ ਹੈਗੀ ਦੇਖੋ ਹੈ ਨਾ ਕਿਵੇਂ, ਅਤੇ ਸਭ ਤੋਂ ਪਹਿਲਾਂ ਆਏ ਜਮ੍ਹਾਂ ਨਾਲ ਕਰਕੇ ਆਏ 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 ਹਾਂ। ਫਿਲਹਾਲ ਹੈ ਨਾ ਗਈ ਸ਼ਾਮ ਦੇ ਵੱਜ ਗਏ ਹੈ ਨਾ 4, ਤਾਂ ਜਮਾਂ ਹੁਣ ਤਾਥਣ ਦਾ ਵੇਲਾ ਹੋ ਗਿਆ, ਅਤੇ ਅੱਜ ਬਰਨਾਲੇ ਤੋਂ ਲੜੀ ਹੈ ਨਾ ਕਾਫੀ ਸਬਜ਼ੀਆਂ ਸੁਬਜ਼ੀਆਂ ਲਿਆ ਸੀਗਾ, ਤਾਂ ਅੱਜ ਉਹ ਲਾਈਆਂ ਨੇ, ਮੈਂ ਤਾਂ ਉਦੋਂ ਹੈ ਹੀ ਨਹੀਂ ਹੈ ਨਾ ਉੱਥੇ ਦਿਖਾਉਂਦਾ। ਹਜੇ ਤਾਂ ਫਿਲਹਾਲ ਸਕੂਲ ਜਾਂਦੇ ਹੁੰਦੇ ਹਾਂ, 12 ਤੋਂ ਕਹਾਂ ਹਜੇ ਮੈਂ ਪੜਿਆ ਨਹੀਂ, ਪਿੰਡ 'ਚ ਆਪਣੀ ਸ਼ਰੀਫੀ ਦੇ ਚਰਚੇ ਬੜੇ ਹੁੰਦੇ ਨੇ, ਕਿਉਂਕਿ ਮੈਂ ਬਾਕੀਆਂ ਵਾਂਗੂ ਕੁੜੀਆਂ ਪਿੱਛੇ ਲੜਿਆ ਨਹੀਂ, ਇਹਦਾ ਮਤਲਬ ਬਾਕੀ ਵੀ ਸਾਰੇ ਨਹੀਂ ਲੜੇ ਹੈਗੇ, ਇਹ ਤੋਂ ਉਹੀ ਗੱਲ ਹੀ ਜੋੜਤੀ ਮੈਂ ਵੀ ਉਈ ਵੈਸੇ ਉਈ ਮਤਲਬ ਵੀ ਗੱਲ ਜੀ ਮੈਂ ਜੋੜਤੀ ਹੈ ਨਾ ਤਾਂ ਚੰਗੀ ਜੀ ਲੱਗੀ ਨਹੀਂ, ਉਹ ਸਿੱਧੀ ਐਂ ਕਹਿੰਦਾ ਤਾਂ ਮੈਂ ਲੜਿਆ ਨਹੀਂ ਤਾਂ ਗੱਲ ਜੀ ਨਹੀਂ ਸੀ ਬਣਦੀ। ਮਿਹਨਤ ਦੀ ਕਮਾਈ ਦਾ ਲੱਡੂ ਖਾ ਲਈਏ ਬਾਈ, ਮਿਹਨਤ ਮਤਲਬ ਪੈਸੇ ਦੀ ਕਮਾਈ ਦਾ ਨਹੀਂ, ਮਿਹਨਤ ਮਤਲਬ ਕਾਹਦੀ ਕਮਾਈ ਦਾ ਪਤਾ ਨਹੀਂ ਕਾਹਦੀ, ਇਹ ਡੱਕਰੀ ਫਿਰਦਾ ਗਾ ਤਾਂ ਆਪ ਹੀ ਦੇਖ ਲਈ ਤੂੰ ਅਤੇ ਪਤਾ ਇਹਦੇ ਵਰਗਾ ਕੋਈ ਬੇਵਕੂਫ ਦੇਖਿਆ ਹੋਣਾ ਹੈ ਨਾ ਕਿਤੇ, ਇੰਨਾ ਡੰਗਰ ਬੰਦਾ ਲੈ ਕੀ ਹੈ ਯਾਰ ਇਹ, ਉਈ ਸਕੂਟਰੀ ਹੱਕੀ ਫਿਰਦਾ, ਜੇ ਮੈਂ ਘਰੇ ਦੱਸਦਾ ਨਾ ਗਾਲਾਂ ਦੇਖੇ ਉਹਦੇ ਪੈਂਦੀਆਂ, ਆਪਣਾ ਤੇਰੇ ਮਈ ਥਾਪੜੇ ਰਹਿਣਾ ਬਿਨਾਂ ਮਤਲਬ ਤੋਂ ਹੱਕੀ ਫਿਰਦਾ ਸਕੂਟਰੀ, ਆ ਗਿਆ ਦੇਖੋ ਆ ਗਿਆ ਮੈਂ ਫੜਦਾ ਇਹਨੂੰ। ਦ ਨੈਕਸਟ ਹਾਂਜੀ ਅਤੇ ਸਰ ਨੂੰ ਪਿਆਰੀ ਗੁੱਡ ਮੋਰਨਿੰਗ, ਅਤੇ ਸਵੇਰੇ 7:40 ਦਾ ਟਾਈਮ ਆ, ਅਤੇ ਅੱਜ ਆਪਣਾ ਦਿਨ ਹੈਗਾ ਵੀਰਵਾਰ ਹੈ ਨਾ, ਤੁਸੀਂ ਮਗਰ ਚੈੱਕ ਕਰ ਸਕਦੇ ਹੋ ਮੌਸਮ ਤੋਂ, ਸੂਰਜ ਤਾਂ ਨਿਕਲਿਆ ਆ
ਪਰ ਤੁਹਾਨੂੰ ਦਬਾ ਜੂ ਕੋਈ ਚੱਕਰ ਨਹੀਂ, ਠੰਡ ਹੋਈ ਪਈ ਥੋੜ੍ਹੀ ਜਿਹੀ ਜ਼ਿਆਦੇ ਹੈ ਨਾ। ਮੂਹਰੇ ਫੜਾ ਦੇ ਬਸ ਇਹਨੂੰ। ਨੌ ਵੱਜ ਕੇ ਨਾ 43 ਮਿੰਟ ਦਾ ਟਾਈਮ ਆ ਅਤੇ ਸਕੂਟਰੀ 'ਤੇ ਦੁਰਮੜ ਲੈ ਕੇ ਆਏ ਸੀ ਹੈ ਨਾ, ਲੈ ਕੇ ਸਾਈਕਲ 'ਤੇ ਆਏ ਸੀ, ਧਰ ਕੇ ਮੈਂ ਸਕੂਟਰੀ 'ਤੇ ਆਇਆਂਗਾ, ਧਰੇ ਆਏ ਹੈ ਨਾ ਮੁਰਗੀ ਫਾਰਮ ਦੇ ਵਿੱਚ। ਰੱਬ ਦੀ ਮਿਹਰ ਨਾਲ ਅਸੀਂ ਵੀ ਕਹਿ ਸਕਦੇ ਹਾਂ ਕਿ ਸਾਨੂੰ ਵੀ ਬਥੇਰੀ ਦੁਨੀਆ ਜਾਣ ਦੀ, ਹੋਰਾਂ ਨੂੰ ਤਾਂ ਇਹ ਗੱਲ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਮੇਰੇ ਮਾਂ ਪਿਓ ਨੂੰ ਇਹ ਗੱਲ ਜ਼ਰੂਰ ਲੱਗਦੀ ਆ ਮਾਣ ਦੀ। ਗੱਲ ਜੀ ਹੋਰ ਦਿਮਾਗ 'ਚ ਆ ਗਈ ਹੈ ਨਾ, ਉਹ ਵੀ ਕਰ ਹੀ ਦਿੰਦਾ ਕਿ ਜਦੋਂ ਬੰਦੇ ਨੇ ਕੰਮ ਲੈਣਾ ਹੁੰਦਾ ਉਦੋਂ ਦਿਖਾਉਂਦਾ ਆਪਾਂ ਨੂੰ ਚੰਗੇ ਚੰਗੇ ਰੰਗ, ਕਿ ਜਦੋਂ ਉਹਦਾ ਮਤਲਬ ਮੁੱਕ ਜਾਂਦਾ ਗਾ ਉਦੋਂ ਬਾਅਦ ਦਿਖਾਉਣ ਦਾ ਸਾਲਾ ਅਸਲੀ ਢੰਗ। ਇਹ ਵੀ ਇੱਕ ਸੱਚਾ ਫੈਕਟ ਆ ਹੈ ਨਾ, ਲੋਕ ਮੰਨਣਗੇ ਮੰਨਣਗੇ ਕਿਉਂਕਿ ਗੱਲ ਹੈ ਹੋਈ ਆ ਇਹ। ਸਾਰੇ ਕਹਿੰਦੇ ਆ ਵੀ ਹੈ ਨਾ ਜਦੋਂ ਕੰਮ ਜਦੋਂ ਵੀ ਕੋਈ ਵੀ ਕੰਮ ਹੁੰਦਾ ਉਦੋਂ ਹੀ ਬੰਦੇ ਦਾ ਫੋਨ ਆਉਂਦਾ ਹੈ ਨਾ, ਉਦੋਂ ਹੀ ਬੰਦਾ ਯਾਦ ਕਰਦਾ ਹੁੰਦਾ, ਮਤਲਬ ਹੀ ਅੱਜ ਕੱਲ੍ਹ ਸਾਰੇ ਕਿ ਅਸੀਂ ਕਿਸੇ ਦੀ ਰਹਿ ਨਹੀਂ ਲੈਂਦੇ ਹੈ ਨਾ, ਅਸੀਂ ਆਪਦੀ ਜ਼ਿੰਦਗੀ ਦੇ ਫੈਸਲੇ ਆਪ ਲੈਂਦੇ ਹਾਂ, ਅਸੀਂ ਅੱਗੇ ਵੱਧਦੇ ਨਹੀਂ ਕਿਸੇ ਨੂੰ ਦੱਸ ਕੇ। ਇਹੀ ਗੱਲਾਂ ਤੋਂ ਕਈਆਂ ਨੂੰ ਮਿਰਚਾਂ ਲੱਗੀਆਂ ਪਈਆਂ ਨੇ, ਕਿਉਂਕਿ ਹੁਣ ਅਸੀਂ ਰਹਿੰਦੇ ਹਾਂਗੇ ਹੱਸ ਕੇ ਤਾਂ ਮਿੱਠੀ ਮਿੱਠੀ ਹੈ ਨਾ ਨਿਕਲੀ ਵੀ ਹੈਗੀ ਧੁੱਪ, ਅੱਖਾਂ ਦਾ ਖੋਲ੍ਹਾਂ, ਮਿੱਠੀ ਮਿੱਠੀ ਨਿਕਲੀ ਵੀ ਧੁੱਪ ਤਾਂ ਸਾਹਣੇ ਹੈ ਨਾ, ਪਸ਼ੂ ਪਸ਼ੂ ਸਾਰੇ ਧੁੱਪ ਸਿੱਖ ਰਹੇ ਨੇ, ਪੂਰੇ ਲੇਜ਼ੀ ਹੋਏ ਪੈਣੇ ਜੋ ਮੈਂ ਲੇਜ਼ੀ ਹੈ ਨਾ। ਦੀ ਸਟਾਰਟਿੰਗ ਦੇ ਵਿੱਚ ਹੈ ਨਾ ਐਡਾ ਟੰਬਾ ਕੱਢ ਕੇ ਦੇਖੋ, ਝੰਡਾ ਦੇਖੋ, ਇਹ ਸਾਰੇ ਡੈਡੀ ਦੇ ਕੰਮ ਨੇ, ਦੇਖੋ ਕਿੱਡਾ ਵੱਡਾ ਜਿਹਾ ਟੰਬਾ, ਸਫਾਈਦਾ ਸੀ ਐਕਚੁਲੀ ਇਹ, ਇੱਥੋਂ ਸਟਾਰਟ ਕਰਕੇ ਉੱਪੜੇ ਉੱਥੇ ਬਾਹਲੀ ਦੂਰ ਦਿੰਦਾ ਉਹ, ਕਮ ਸੇ ਕਮ ਬਹੁਤ ਦੂਰ ਦਿੰਦਾ ਇਹ। ਤਾਂ ਦੁਪਹਿਰ ਦੇ ਹੈ ਨਾ ਬਚ ਗਏ 12 ਅਤੇ ਹੁਣ ਚੱਲਦੇ ਹਾਂ, ਉੱਡਦੇ ਹਾਂ ਨਾ ਰਜਾਈ 'ਚੋਂ। ਆ ਕੀ ਚੱਕੀ ਫਿਰਦਾ ਹੈਗਾ, ਇਹ ਮਾਰਿਆ ਗਿਆ ਜਾਨਵਰ ਮਰ ਗਏ, ਇਹ ਵੋਟਾਂ ਵਾਲੇ ਨੇ ਦਾਰੂ ਪਾਤੀ, ਜਾਨਵਰ ਮਰ ਗਿਆ ਕਹਿੰਦੇ ਹੈ, ਸੈੱਟ ਕਰਨਾ ਚੱਲ ਸਿੱਧ ਡੱਬਿਆਂ ਨੂੰ। ਤਾਂ ਫਿਲਹਾਲ ਹੈ ਨਾ ਹੁਣ ਬਾਹਰੇ ਆਏਗੇ, ਤਾਂ ਅੱਗੇ ਮੈਂ 12 ਵਜੇ ਵੀਡੀਓ ਐਡਿਟ ਕਰਨ ਲੱਗਦਾ ਹੁੰਦਾ, ਅੱਜ ਵੀਡੀਓ ਐਡਿਟ ਕਰਨੀ ਹੈ ਕਰਨ ਵਾਲੀ ਹੈ ਨਹੀਂ ਗੀ, ਇਸ ਕਰਕੇ ਅੱਜ ਬਾਹਰੇ ਤੋਂ ਕੰਮ ਫਿਰ ਰਹੇ ਹਾਂ। ਅੱਗੇ ਇਹੋ ਜਿਹੇ ਵੇਲੇ ਡੇਲੀ ਵੀਡੀਓ ਐਡਿਟ ਕਰਕੇ ਨਹਾਉਣ ਲੱਗਦਾ ਹੁੰਦਾ ਸੀ, ਅੱਜ ਪਹਿਲਾਂ ਨਹਾਉਣ ਲੱਗ ਜਾਂਦੇ ਹਾਂ ਹੈ ਨਾ। ਤਾਂ ਵੈਦਰ ਦੇਖੋ ਕਿੰਨਾ ਜ਼ਬਰਦਸਤ ਘੈਂਟ ਵੈਦਰ ਹੋ ਰਿਹਾ ਹੈ ਨਾ, ਕੂਲ ਕੂਲ ਹਵਾ ਪੂਰੀ ਘੈਂਟ ਚੱਲੀ ਜਾਂਦੀ ਹੈ, ਬਸ ਐਂ ਹਵਾ ਚੱਲਦੀ ਰਹੇ ਪੂਰੀ ਗਰਮੀ 'ਚ। ਕਿ ਜਦੋਂ ਵੀ ਲੋਕ ਖਾਣਾ ਖਾਂਦੇ ਨੇ ਮਾਸਕ ਲਾ ਕੇ, ਅਤੇ 1:15 ਦਾ ਟਾਈਮ ਆ ਅਤੇ ਫਿਲਹਾਲ ਯਾਰ ਆ ਕੇ ਨਹਾ ਕੇ, ਤਾਂ ਹੈ ਨਾ 1:15 ਦਾ ਟਾਈਮ ਆ ਤਾਂ ਨਹਾ ਕੇ ਆ ਕੇ ਵਾਲ ਖੜ੍ਹੇ ਕਰ ਲਏ, ਤਾਂ ਠੰਡ ਹਵਾ ਬਹੁਤ ਘੱਟ ਚੱਲੀ ਜਾਂਦੀ। ਤਾਂ ਫਿਲਹਾਲ ਪਹਿਲਾਂ ਚਾਚੂ ਪੀਂਦੇ ਹਾਂ, ਰੋਟੀ ਖਾਂਦੇ ਹਾਂ, ਉਸ ਤੋਂ ਬਾਅਦ ਬਾਹਰ ਆ ਕੇ ਲਾਉਂਦੇ ਹਾਂ ਗੇੜੇ ਛੇੜੇ, ਦਿਮਾਗ 'ਚ ਫੇਰੀ ਖੈਰੀ ਹੂਰੀ ਆਉਂਦੀ ਹੁੰਦੀ ਆ, ਇੱਕ ਥਾਵੇਂ ਬਹਿ ਕੇ ਨਹੀਂ ਕੁਛ ਆਉਂਦਾ ਹੁੰਦਾ। ਅੱਜ ਹੁੰਦਾ ਬਿਗ ਬੋਸ ਗਿਆ ਹੈ ਨਾ, ਬਿਗ ਬੋਸ ਦੇਖਣ ਦੀ ਆਦਤ ਹਜੇ ਵੀ ਨਹੀਂ ਗਈ, ਮੈਂ ਤਾਂ ਪੁਰਾਣੇ ਐਪੀਸੋਡ ਦੇਖਦਾ ਹੁੰਦਾ ਰੋਜ਼ ਘੰਟਾ ਡੇਢ ਘੰਟਾ ਹਜੇ ਰੋਜ਼ ਐਪੀਸੋਡ ਲਾਉਣਾ ਹੁੰਦਾ ਮੈਂ। ਰੋਜ਼ ਦੀ ਤਰ੍ਹਾਂ ਨਾ ਕੱਖ ਇੱਕ ਗੱਡੀ ਤਿਆਰ ਪਈ ਆ, ਦੂਜੇ ਪਾਸੇ ਉਹ ਵੱਡੇ ਪੈਣੇ ਹੈ ਨਾ ਪੰਡ 'ਚ ਪਾਏ ਪੈਣੇ। ਤਾਂ ਯਾਰ ਹੈ ਨਾ ਅੱਜ ਸਕੂਲ ਜਾਣਾ ਸੀਗਾ, ਗਲਤੀ ਕਰਤੀ ਸਾਲਾ, ਘਰੇ ਜੀ ਨਹੀਂ ਲੱਗਦਾ ਹੈ ਨਾ, ਤਾਂ ਬਲੌਗ ਤਾਂ ਚੱਲ ਕਰੀ ਜਾਂਦੇ, ਬਲੌਗ ਤਾਂ ਕਰਨਾ ਹੀ ਕਰਨਾ, ਉਹ ਬਲੌਗ ਕਰਕੇ ਬਲੌਗ ਬਣਾਉਣ ਨੂੰ ਜੀ ਲੱਗਦਾ, ਮਤਲਬ ਵੀ ਬਲੌਗ ਤਾਂ ਬਣ ਰਿਹਾ ਤਾਂ ਬਥੇਰਾ ਜੀ ਲੱਗ ਰਿਹਾ, ਊਂ ਘਰੇ ਜੀ ਲੱਗ ਰਿਹਾ। ਰੋਟੀ ਖਾਂਦੇ ਹਾਂ ਹੈ ਨਾ ਫਿਲਹਾਲ, ਚਾਹ ਤਾਂ ਬਣੀ ਸੀ, ਚਲ ਬਣ ਗਈ, ਬਾਰੇ ਹਾਕਾ ਵੱਜਣ ਲੱਗ ਗਈਆਂ। ਚਲੋ ਕਿ ਮੇਰੇ ਹਿਸਾਬ ਨਾਲ ਜਿਹੜੇ ਮਾਂ ਪਿਓ ਦੀ ਗੱਲ ਨਹੀਂ ਬਣਦੇ ਉਹ ਜ਼ਿੰਦਗੀ 'ਚ ਹੈਗੇ ਨੇ ਬੰਦੇ ਫੇਲ। ਜਿੰਨੇ ਵੀ ਲੋਕ ਹੈ ਨਾ ਸਵਾਲ ਪੁੱਛਦੇ ਆ ਮੈਨੂੰ, ਅਤੇ ਮੈਂ ਦਿਲੋਂ ਸੋਰੀ ਮੰਗਦਾ, ਮੈਂ ਇੰਨੀਆਂ ਦੇ ਜਵਾਬ ਨਹੀਂ ਦੇ ਸਕਦਾ ਹੈ ਨਾ, ਕਿਉਂਕਿ ਯਾਰ ਹੁੰਦੀ ਨਹੀਂ ਹੈ ਨਾ ਮੈਨੂੰ ਬੇਲ। ਆਹ ਸਰ ਮੈਂ ਸ਼ਹਿਰੀ ਖੱਤਰੀ ਕਿਹਾ, ਇਹੋ ਜਿਹਾ ਕੋਈ ਗੱਲ ਗੁੱਲ ਨਹੀਂ ਹੈਗੀ, ਤਾਂ ਹਲਕੀ ਗੱਲ ਹੈਗੀ ਵੀ ਆ, ਤਾਂ ਹਲਕੀ ਇੰਨੀ ਕੋਈ ਜ਼ਿਆਦਾ ਇਸ਼ੂ ਵਾਲੀ ਗੱਲ ਨਹੀਂ, ਤਾਂ ਮੈਂ ਬਸ ਸ਼ਹਿਰੀ ਬਣਾਉਣ ਖਾਤਰ ਦਿਮਾਗ 'ਚ ਮੈਨੂੰ ਆਈ ਗੱਲ ਸੀ ਨਾ ਫੇਲ, ਮੈਚਿੰਗ ਜਮ੍ਹਾਂ ਵਰਡ ਸੀਗਾ ਫੇਲ ਅਤੇ ਬੇਲ, ਤਾਂ ਫਿਰ ਮੈਂ ਇਹਨੂੰ ਬੜਾਤਾ ਬੇਲ। ਫਿਰ ਮੈਂ ਹੋਰ ਤਾਂ ਕੋਈ ਦਿਮਾਗ 'ਚ ਗੱਲ ਆਈ ਨਹੀਂ, ਫਿਰ ਮੈਂ ਬੋਲਦਾ ਮਾਂ ਚੱਲ ਜੀ। 3:47 ਦਾ ਟਾਈਮ ਹੈ ਨਾ, ਤਾਂ ਆਹ ਵਾਲੀ ਵੀਡੀਓ ਹੋ ਗਈ ਐਡਿਟ, ਤਾਂ ਵੈਸੇ ਆਹ ਵਲੌਗ 1.5 ਦਿਨ ਦਾ ਬਣਿਆ ਸੀ ਆਪਣਾ, 1.5 ਦਿਨ ਦੇ ਵਲੌਗ ਦੇ ਬਣਨ ਦੇ ਬਾਵਜੂਦ ਵੀ ਅਜੇ ਇੰਨਾ ਛੋਟੀ ਬਣਿਆ, ਚਲੋ ਬੜਾ ਵੱਡਾ ਵਲੌਗ ਕੀ ਕਰਨਾ ਹੈ ਨਾ। ਚਲੋ ਫਿਰ ਆਪਾਂ ਅੱਜ ਦੇ ਵਲੌਗ ਦੀ ਇੱਥੇ ਕਰਦੇ ਐਂਡ, ਤੇ ਆਹ ਵਲੌਗ ਚੰਗੇ ਲੱਗੇ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਚਲੋ ਫਿਰ ਆਪਾਂ ਮਿਲਦੇ ਹਾਂ ਹੋਰ ਨਵੇਂ ਵਲੌਗ ਦੇ ਵਿੱਚ। ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ।